लो जी अज आपां नवां पिंड खालेवाल दी जमीन ते आं। इत्थे अज नवां पिंड खालेवाल वालिआं ने बहुत वड्डा उपराला कीता वा वातावरण नूं शुद्ध करन वास्ते। इत्थे वातावरण मित्रता सोसायटी लोहियां खास वल्लों नवां पिंड खालेवाल सरपंच पंचायत समूह नगर वल्लों इत्थे जंगल लगाया जा रहा है। जंगल की सेवा वास्ते पद्म श्री संत सेवा सिंह जी खडूर साहब वाले वो भी पहुँचे हुए हैं। आपां इत्थे जो अप्रोक्सीमेट दो कनाल दे जमीन है जिथे आपां जंगल लगाना वा 500 दे करीब इत्थे आपां पौधे लगावांगे। इत्थे जो सारे आए हुए हैं वातावरण मित्रता सोसायटी लोहियां खास उन्होंने भी असं जीओ आखते हैं। उन्होंने नाल पद्म श्री संत सेवा सिंह जी खडूर साहब वाले उन्हों सेवादार वो भी पहुँचे हुए हैं। इन्हों के नाल नाल रोटरी क्लब लोहियां खास वो भी पहुँचे हुए हैं। आपां सब तो पहला जो संत महापुरश आए हुए हैं उन्हां तो थोड़ा आशीर्वाद लेने और उन्होंने रिक्वेस्ट करांगे ये जो वातावरण शुद्ध करने वास्ते उन्होंने जिहड़े जिहड़े एरिया च पौधे लगाए हैं जंगल लगाए हैं वो प्लीज चलना पाओ। वाहिगुरु जी का खालसा वाहिगुरु जी की फतेह। सुल्तानपुर की पावन पवित्र धरती से साहिब श्री गुरु नानक देव महाराज सच्चे पातशाह जी का साढ़े 500 साल शताब्दी समारोह दिवस जोड़ा मनाया गया सी पूरिया गुरु नानक नामदेव संगतों द्वारा। उस टाइम बाबा सेवा सिंह जी कार सेवा खडूर साहब वाले ने प्रण किया कि 550 गुरु नानक यादगारी जंगल जी संस्था झिड़िया जड़िया लाएगी। सो हुण तक 208 गुरु नानक यादगारी जंगल जोड़े लग चुके ने 2 अगस्त 2019 तो लैके हुण तक। ये जिहड़ा 209 नंबर गुरु नानक यादगारी जंगल जिहड़ा अज हिस्से आया ने पिंड नवां पिंड खालेवाल नेड़े लोहियां जिला जलंधर लगभग 2 कनाला जगह दे विच 350 रुख जिहड़ा अज इत्थे लग रहा ने। सो बाबा सेवा सिंह जी कार सेवा खडूर साहब वाले दी रहनुमई हेठ वातावरण नूं बचाउण वास्ते 1999 तो उपराले चल रहे ने जिहदे तहत साहिब श्री गुरु अंगद देव महाराज सच्चे पातशाह जी 500 साला शताब्दी नूं समर्पित पूरे हिंदुस्तान दे विच 500 किलोमीटर रोडां दा प्रोजैक्ट जिहड़ा पूरा हो चुकिया ते जिहड़ा ये 550 गुरु नानक यादगारी जंगल लगणे आ उहनां दे विच 208 गुरु नानक यादगारी जंगल लग चुके ने ते सारे कामयाब ने। सो ये जिहड़े मियां बाकी तकनीक दे अनुसार गुरु नानक यादगारी जंगल लगदे आ ਇਹਦੇ ਵਿੱਚ ਥੋੜ੍ਹੀ ਜਗ੍ਹਾ 'ਚ ਵੱਧ ਬੂਟੇ ਲਾਉਣ ਦਾ ਇੱਕੋ ਇੱਕ ਕਾਰਨ ਆ ਕਿ ਵੱਡੇ ਪੱਧਰ ਦੇ ਉੱਤੇ ਆਕਸੀਜਨ ਦੇ ਸਰੋਤ ਪੈਦਾ ਕੀਤੇ ਜਾਣ। ਕੁਦਰਤੀ ਚੱਕਰ ਜਿਹੜਾ ਜਿਹਨੂੰ ਅਸੀਂ ਤੋੜ ਦਿੱਤਾ ਆ ਗੈਰ ਕੁਦਰਤੀ ਤਰੀਕਿਆਂ ਦੇ ਨਾਲ ਉਸ ਨੂੰ ਦੁਬਾਰਾ ਚਾਲੂ ਕਰਕੇ ਜਿੰਨਾ ਕੁ ਅਧਿਕਾਰ ਮਨੁੱਖਤਾ ਦਾ ਬਨਸਪਤੀ ਦੇ ਉੱਤੇ ਵਾਤਾਵਰਨ ਉੱਤੇ ਉਹਨਾਂ ਹੀ ਜੀਵ ਜੰਤੂਆਂ ਦਾ। ਸੋ ਬਹੁਤ ਸਾਰੇ ਜੀਵ ਜੰਤੂ ਜਿਹੜੇ ਅਲੋਪ ਹੋ ਚੁੱਕੇ ਆ ਖਤਮ ਹੋ ਚੁੱਕੇ ਆ। ਸੋ ਉਹਨਾਂ ਨੂੰ ਦੁਬਾਰਾ ਫਿਰ ਸੱਦਾ ਦੇਣ ਵਾਸਤੇ ਜਿਹੜਾ ਇਹ ਗੁਰੂ ਨਾਨਕ ਯਾਦਗਾਰੀ ਜੰਗਲਾਂ ਦੇ ਵਿੱਚ 25% ਖੁਸ਼ਬੂ ਵਾਲੇ ਫੁੱਲਾਂ ਵਾਲੇ ਫਲਦਾਰ ਹਰ ਤਰ੍ਹਾਂ ਦੇ ਮੈਡੀਸਨ ਪਲਾਂਟ ਜਿਹੜੇ ਇਹਦੇ ਵਿੱਚ ਕੀਤੇ ਗਏ ਨੇ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਇਹਦੇ ਵਿੱਚ ਇਹੋ ਜਿਹੇ ਬੂਟੇ ਐਡ ਕੀਤੇ ਗਏ ਨੇ ਜਿਨ੍ਹਾਂ ਦੀ ਖੁਸ਼ਬੂ ਦੇ ਫੁੱਲਾਂ ਤੋਂ ਰਸ ਲੈ ਕੇ ਮਧੂਮੱਖੀਆਂ ਹਮਿੰਗਬਰਡਸ ਤਿੱਤਲੀਆਂ ਜਿਹੜੀਆਂ ਆ ਸਾਡੇ ਫਸਲੀ ਚੱਕਰ ਨੂੰ ਪਰਾਗਣ ਕਿਰਿਆ ਦੌਰਾਨ ਮਜ਼ਬੂਤ ਕਰਨਗੇ। ਸੋ ਥੋੜ੍ਹੀ ਜਗ੍ਹਾ 'ਤੇ ਵੱਧ ਬੂਟੇ ਲਾ ਕੇ ਆਕਸੀਜਨ ਦੇ ਸਰੋਤ ਪੈਦਾ ਕਰਕੇ ਸਾਰੇ ਜਿੰਨੇ ਵੀ ਇੱਥੇ ਮੇਰੇ ਵੀਰ ਭਰਾ ਪਹੁੰਚੇ ਨੇ ਬੜੇ ਤਨਦੇਹੀ ਦੇ ਨਾਲ ਜਗ੍ਹਾ ਉਹਨਾਂ ਨੇ ਇਹ ਤਿਆਰ ਕੀਤੀ ਆ ਅਤੇ ਉਤਸ਼ਾਹ ਜਿਹੜਾ ਹੈ ਬਹੁਤ ਉਹਨਾਂ ਦੇ ਵਿੱਚ ਜੋਸ਼ ਨੇ ਸਾਰਿਆਂ ਦੇ ਜਿੰਨੇ ਵੀ ਇੱਥੇ ਕਲੱਬ ਸਭਾ ਸੁਸਾਇਟੀਆਂ ਸੇਵਾਦਾਰ ਪਹੁੰਚੇ। ਮੈਂ ਦੁਬਾਰਾ ਫਿਰ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਵੱਲੋਂ ਧੰਨਵਾਦ ਕਰਦਾ ਅਤੇ ਆਪਾਂ ਇਹਨਾਂ ਰੁੱਖਾਂ ਨੂੰ ਬੱਚਿਆਂ ਵਾਂਗੂ ਲਾਈਏ ਅਤੇ ਪਾਲੀਏ ਅਤੇ ਵਾਤਾਵਰਨ ਨੂੰ ਬਚਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਥੈਂਕ ਯੂ ਬਾਬਾ ਜੀ। ਹੁਣ ਇਹਨਾਂ ਦੇ ਨਾਲ ਵਾਤਾਵਰਨ ਮਿੱਤਰਤਾ ਸੋਸਾਇਟੀ ਲੋਹੀਆਂ ਖਾਸ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਸਾਡੇ ਏਰੀਏ 'ਚ ਕੀਤਾ ਜਾ ਰਿਹਾ ਵਾ। ਉਹਨਾਂ ਨੇ ਪਹਿਲਾਂ ਸਾਡੇ ਪਿੰਡ 'ਚ ਇੱਕ ਪਹਿਲਾਂ ਵੀ ਜੰਗਲ ਲਗਾਇਆ ਵਾ। ਹੁਣ ਇਸ ਜ਼ਮੀਨ ਦੀ ਪ੍ਰੈਪਰੇਸ਼ਨ ਲਾਸਟ ਵੀਕ ਅਸੀਂ ਕੀਤੀ ਸੀ। ਉਹਨਾਂ ਦੀ ਜੋ ਮੌਜੂਦਗੀ ਕਰ ਰਹੇ ਨੇ ਜਗਮੋਹਣ ਲੋਹੀਆਂ ਜੀ, ਉਹਨਾਂ ਤੋਂ ਅਸੀਂ ਥੋੜ੍ਹਾ ਜਿਹਾ ਕਹਾਂਗੇ ਵੀ ਇੱਕ ਮਿੰਟ ਵਾਸਤੇ ਜ਼ਰੂਰ ਥੋੜ੍ਹਾ ਜਿਹਾ ਐਕਸਪਲੇਨ ਕਰੋ। ਹਾਂਜੀ, ਸ਼ੋਰਟ ਦੇ ਵਿੱਚ ਕਿਉਂਕਿ ਕੰਮ ਵੀ ਸਫ਼ਰ ਕਰ ਰਿਹਾ ਵੀ ਪਹਿਲਾਂ ਅਸੀਂ 20-25 ਦਿਨ ਹੋ ਗਏ ਇੱਕ ਜੰਗਲ ਲਗਾਇਆ ਸੀਗਾ। ਰਾਊਂਡ ਗਲਾਸ ਸੰਸਥਾ ਇੱਕ ਹੈਗੀ ਆ, ਉਹ ਵੀ ਇਸ ਮੀਆਂ ਵਾਕੀ ਟੈਕਨੀਕ ਦੇ ਨਾਲ ਜੰਗਲ ਲਗਾਉਂਦੀ ਆ ਉਹਨਾਂ ਦੀ ਮਦਦ ਦੇ ਨਾਲ। ਅਤੇ ਇਸ ਵਾਰੀ ਉਹਨਾਂ ਦਾ ਥੋੜ੍ਹਾ ਉਹਨਾਂ ਦੇ ਰੁਝੇਵੇਂ ਜ਼ਿਆਦਾ ਹੋ ਗਏ। ਫਿਰ ਸਾਨੂੰ ਪਤਾ ਲੱਗਾ ਸੀਗਾ ਇਹ ਕਾਰ ਸੇਵਾ ਵਾਲੇ ਬਾਬਾ ਜੀ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਜਿਹੜੇ ਆ ਵੀ ਉਹ ਇਹ ਸੇਵਾ ਕਰਦੇ ਆ। ਫਿਰ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਅਜੇ ਅਸੀਂ ਪਰਸੋਂ ਸੰਪਰਕ ਕੀਤਾ ਅਤੇ ਬਹੁਤ ਹੀ ਸਾਨੂੰ ਤਾਂ ਚੰਗਾ ਲੱਗਾ ਕਿ ਉਹਨਾਂ ਨੇ ਇੱਕਦਮ ਸਾਡੀ ਜਿਹੜੀ ਆ ਬੇਨਤੀ ਸਵੀਕਾਰ ਕਰਕੇ
ਤੇ ਉਹਨਾਂ ਨੇ ਐਡੀ ਜਲਦੀ ਰਿਸਪੌਂਡ ਕੀਤਾ ਤੇ ਸਾਡੇ ਕੋਲ ਸੱਜਣੇ ਸਿੰਘ ਆ ਗਏ ਆ, ਬਾਬਾ ਜੀ ਆ ਗਏ ਆ, ਨਾਲ ਉਹਨਾਂ ਦੇ ਸਾਥੀ ਆ ਗਏ ਆ ਤੇ ਬੂਟੇ ਨਾਲ ਲੈ ਕੇ ਆਏ ਆ ਤੇ ਅਸੀਂ ਇਹ ਹੁਣ ਇਹਨਾਂ ਦੀ ਰਹਿਨਮਾਈ ਦੇ ਵਿੱਚ ਮੀਆਂ ਬਾਕੀ ਟੈਕਨੀਕ ਦੇ ਨਾਲ ਇਹ ਦੂਸਰਾ ਜੰਗਲ ਜਿਹੜਾ ਵਾ ਨਵਾਂ ਪਿੰਡ ਖਾਲੇਵਾਲ ਵਿਖੇ ਸਰਪੰਚ ਸਾਹਿਬ ਦੇ ਇੱਥੋਂ ਦੀ ਪੰਚਾਇਤ ਦੀ ਬੜੀ ਮਿਹਰਬਾਨੀ ਆ ਕਿ ਉਹਨਾਂ ਨੇ ਇਹ ਸਾਨੂੰ ਇਹ ਜ਼ਮੀਨ ਪ੍ਰੋਵਾਈਡ ਕੀਤੀ ਆ। ਇਹ ਵੀ ਇੱਕ ਬੜਾ ਵੱਡਾ ਇੱਕ ਉਪਰਾਲਾ ਹੁੰਦਾ ਵਾ, ਸ਼ਲਾਘਾਯੋਗ ਉਪਰਾਲਾ। ਇਹਦੇ ਨਾਲ ਆਉਣ ਵਾਲੇ ਜਿਹੜੇ ਅਸੀਂ ਇਹ ਤੋਂ ਉਮੀਦ ਕਰਦੇ ਹਾਂ ਕਿ ਹੋਰ ਵੀ ਇੱਥੇ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵਧੀਆ ਹਰਿਆਵਲ ਦਾ ਨਵਾਂ ਸੰਦੇਸ਼ ਜਿਹੜਾ ਉਹ ਜਾਊ। ਥੈਂਕ ਯੂ ਜਗਮੋਹਨ ਜੀ। ਹੁਣ ਇਹਨਾਂ ਦੇ ਨਾਲ ਸਾਡੀ ਹੈਲਪ ਵਾਸਤੇ ਰੋਟਰੀ ਕਲੱਬ ਲੋਹੀਆਂ ਖਾਸ ਵੱਲੋਂ ਵੀ ਉਹਨਾਂ ਦੇ ਨੁਮਾਇੰਦੇ ਪਹੁੰਚ ਚੁੱਕੇ ਹਨ। ਮੈਂ ਉਹਨਾਂ ਨੂੰ ਨਵੇਂ ਪਿੰਡ ਖਾਲੇਵਾਲ ਪਹੁੰਚਣ 'ਤੇ ਜੀਓਆਂ ਕਹਿੰਦਾ ਵਾਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਪ੍ਰਧਾਨ ਸਾਹਿਬ ਨੂੰ ਪਲੀਜ਼ ਦੋ ਵਾਰ ਜ਼ਰੂਰ ਬੋਲਣ। ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਇਸ ਜਗ੍ਹਾ 'ਤੇ ਪਹੁੰਚ ਕੇ ਬਹੁਤ ਹੀ ਮਾਣ ਮਹਿਸੂਸ ਹੋਇਆ ਔਰ ਬਾਬਾ ਜੀ ਹੁਣਾਂ ਨੇ ਜੋ ਪ੍ਰਵਚਨ ਦਿੱਤੇ ਨੇ ਕਿ ਵਾਤਾਵਰਨ ਦੀ ਕੀ ਅਹਿਮੀਅਤ ਆ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਜਿਹੜਾ ਗੌਰ ਕਰਨਾ ਚਾਹੀਦਾ। ਪਿਛਲੇ ਕਾਫੀ ਅਰਸੇ ਤੋਂ ਜਿਹੜੀ ਵਾਤਾਵਰਨ ਮਿੱਤਰਤਾ ਸੁਸਾਇਟੀ ਆ ਉਹ ਲੋਹੀਆਂ ਦੇ ਵਿੱਚ ਵਾਤਾਵਰਨ ਪ੍ਰਤੀ ਕਾਫੀ ਸੁਚੇਤ ਆ ਔਰ ਕਾਫੀ ਜਿਹੜੇ ਪਿੰਡਾਂ 'ਚ ਵੀ ਲਾਗੇ ਬੰਨੇ ਦੇ ਉੱਥੇ ਜਾ ਕੇ ਇਸ ਸੰਬੰਧ 'ਚ ਬੂਟੇ ਵਗੈਰਾ ਲਗਾਉਂਦੇ ਨੇ ਔਰ ਅੱਜ ਆਹ ਜਿਹੜੀ ਚੀਜ਼ ਆ ਇਹ ਜਿੱਦਾਂ ਬਾਬਾ ਜੀ ਨੇ ਦੱਸਿਆ ਜਿਹੜੀ ਟੈਕਨੀਕ ਨਾਲ ਅਸੀਂ ਜੰਗਲ ਲਾ ਰਹੇ ਹਾਂ ਔਰ ਜੰਗਲ ਦੀ ਕੀ ਅਹਿਮੀਅਤ ਆ ਇਹ ਸਾਨੂੰ ਸਾਰਿਆਂ ਲਈ ਬਹੁਤ ਹੀ ਮਤਲਬ ਇੱਕ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਵੀ ਆ ਔਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਜਿੰਨੀ ਵੀ ਸਾਡੀ ਸਮਰੱਥਾ ਉਹਦੇ ਮੁਤਾਬਕ ਯੋਗਦਾਨ ਵੀ ਪਾਉਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਵਾਤਾਵਰਨ ਮਿੱਤਰਤਾ ਸੁਸਾਇਟੀ ਦਾ ਔਰ ਬਾਬਾ ਜੀ ਦਾ ਔਰ ਪਿੰਡ ਵਾਸੀਆਂ ਦਾ ਜਿਹੜਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਵੀ ਅੱਜ ਇੱਥੇ ਆਣ ਕੇ ਮੌਕਾ ਦਿੱਤਾ ਤਾਂ ਕਿ ਅਸੀਂ ਵੀ ਆਪਣੀ ਜਿਹੜੀ ਆ ਤਿਲ ਫੁੱਲ ਇੱਥੇ ਹਿੱਸਾ ਪਾ ਸਕੀਏ। ਔਰ ਇੱਕ ਵਾਰੀ ਫਿਰ ਮੈਂ ਸਾਰੇ ਸੱਜਣਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਜਿੰਨੀ ਵੀ ਤਨ ਮਨ ਧਨ ਦੇ ਨਾਲ ਸਮਰੱਥਾ ਦੇ ਨਾਲ ਇਸ ਕੰਮ ਦੇ ਵਿੱਚ ਯੋਗਦਾਨ ਪਾਈਏ ਕਿਉਂਕਿ ਇਹ ਜਿੱਥੇ ਸਾਡੇ ਵਾਤਾਵਰਨ ਜਿਹੜਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਔਰ ਇਹ ਤਾਂ ਹੀ ਹੋ ਸਕਦਾ ਜੇ ਅਸੀਂ ਇੱਦਾਂ ਦੇ ਜਿਹੜੇ ਆ ਦਰੱਖਤਾਂ ਨੂੰ ਬਚਾਵਾਂਗੇ ਕਿਉਂਕਿ ਅੱਜ ਹਲੇ ਰਾਤ ਹੀ ਮੈਂ ਇੱਕ ਡਿਬੇਟ ਸੁਣ ਰਿਹਾ ਸੀ ਕਿ ਪੰਜਾਬ ਦੇ ਵਿੱਚ 35,000 ਦਰੱਖਤ ਜਿਹੜਾ ਉਹ ਕੱਟ ਦਿੱਤਾ ਗਿਆ ਅਤੇ ਨਵੇਂ ਦਰੱਖਤ ਅਸੀਂ ਦੇਖੋ ਲਾੜੋ ਸਾਹਿਬ ਕੇ ਕੋਈ ਇੱਦਾਂ ਦੇ ਲੱਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਤਾਂ ਹੀ ਸੰਭਵ ਆ ਜੇ ਅਸੀਂ ਸਾਰੇ ਜਣੇ ਇਹ ਮੈਸੇਜ ਜਿਹੜਾ ਜਿੱਥੋਂ ਤੱਕ ਹੋ ਸਕੇ ਇਹਨੂੰ ਫੈਲਾਈਏ ਔਰ ਕੋਸ਼ਿਸ਼ ਕਰਕੇ ਆਪਣਾ ਜਿੰਨਾ ਵੀ ਆਪਣੇ ਤੋਂ ਅਸੀਂ ਸ਼ੁਰੂਆਤ ਕਰੀਏ ਕਿਉਂਕਿ ਅਸੀਂ ਇਹ ਨਾ ਦੇਖੀਏ ਕਿ ਕੌਣ ਕੀ ਕਰ ਰਿਹਾ ਅਸੀਂ ਕੀ ਕਰ ਰਹੇ ਹਾਂ ਇਹ ਜ਼ਿਆਦਾ ਜ਼ਰੂਰੀ ਆ। ਜਦੋਂ ਤੱਕ ਅਸੀਂ ਇਹ ਸੋਚ ਲੈ ਕੇ ਨਹੀਂ ਤੁਰਾਂਗੇ ਕਿ ਸਾਡਾ ਐਜ਼ ਇੰਡੀਵਿਜੂਅਲ ਮੇਰਾ ਕੀ ਯੋਗਦਾਨ ਆ ਸੁਸਾਇਟੀ ਲਈ ਸੋ ਉਦੋਂ ਤੱਕ ਜਿਹੜੀ ਆ ਅਸੀਂ ਸਫਲ ਨਹੀਂ ਹੋ ਸਕਾਂਗੇ। ਸੋ ਫਿਰ ਇੱਕ ਵਾਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਲਓ ਜੀ ਹੁਣ ਮੈਂ ਨਵਾਂ ਪਿੰਡ ਖਾਲੇਵਾਲ ਦੇ ਸਰਪੰਚ ਸਾਹਿਬ ਨੂੰ ਰਿਕੁਐਸਟ ਕਰਾਂਗਾ ਅਤੇ ਦੋ ਵਰਡ ਬੋਲਣ ਔਰ ਸਾਰਿਆਂ ਨੂੰ ਜੀਓ ਆਇਆਂ ਕਹਿਣ। ਹਾਂਜੀ ਸਾਰਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਨਾ ਆਪਣੇ ਜਿੱਦਾਂ ਭਾਅ ਜੀ ਹੁਣੇ ਦੱਸਿਆ ਵਾ ਅਤੇ ਪਹਿਲਾਂ ਵੀ ਜੰਗਲ ਇੱਕ ਲਗਾਇਆ ਪਿੰਡ ਵਿੱਚ ਸੱਜਣ ਆਪਣੇ ਮਿੱਤਰਾਂ ਨੇ ਦਿੱਤੀ ਆ ਜ਼ਮੀਨ ਆਪਾਂ ਨੂੰ ਆਪਣਾ ਉੱਥੇ ਜੰਗਲ ਲਾ ਕੇ ਉਸ ਤੋਂ ਬਾਅਦ ਇੱਧਰ ਸਾਡਾ ਮੈਂ ਸਲਾਹ ਬਣੀ ਸਾਰਿਆਂ ਦੇ ਬੰਦਿਆਂ ਨਾਲ ਪੰਚਾਇਤ ਨਾਲ ਕਿ ਆਪਣੀ ਇੱਕ ਠੇਕੇ 'ਤੇ ਜ਼ਮੀਨ ਨਹੀਂ ਚੜ੍ਹੀ ਸੀਗੀ ਅਤੇ ਉੱਥੇ ਰੁੱਖ ਲਗਾਏ ਜਾਣ ਅਤੇ ਅਸੀਂ ਫਿਰ ਉਹ ਇਹ ਕੀਤਾ ਰੁੱਖਾਂ ਦਾ ਰੁੱਖ ਫਿਰ ਮਤਾ ਪਾ ਕੇ ਅਸੀਂ ਉਹਨੂੰ ਤਿਆਰ ਕੀਤਾ ਗਰਾਊਂਡ ਨੂੰ ਇਹਨੂੰ ਆਪਣੀ ਨੂੰ ਜ਼ਮੀਨ ਨੂੰ ਅਤੇ ਇਹਦੇ ਵਿੱਚ ਸਲਾਹ ਕਰਕੇ ਰੁੱਖਾਂ ਦਾ ਬਾਬਾ ਜੀ ਹੁਣ ਕਿਹਾ ਬਾਬਾ ਸੇਵਾ ਸਿੰਘ ਜੀ ਖਡੂਰ ਸਿੰਘ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਆਉਣ 'ਤੇ ਇਹਨਾਂ ਨੇ ਸਾਡੇ ਇੱਥੇ ਰੁੱਖ ਲਿਆ ਕੇ ਜਿੱਦਾਂ ਸਾਨੂੰ ਦਿੱਤੇ ਆ ਨਾਲ ਲਾ ਵੀ ਰਹੇ ਨੇ ਅਤੇ ਜਿਹੜੇ ਆਪਣੇ ਰੋਟਰੀ ਕਲੱਬ ਵਾਲੇ ਲੋਹੀਆਂ ਖਾਸ ਵਾਲੇ ਉਹਨਾਂ ਦਾ ਧੰਨਵਾਦ ਅਤੇ ਮਿੱਤਰਾ ਸੁਸਾਇਟੀ ਵਾਲੇ ਸਾਡੇ ਨਾਲ ਹੈ ਹੀ ਆ ਬਹੁਤ ਬਹੁਤ ਧੰਨਵਾਦ ਜੀ। ਲਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਧੰਨਵਾਦ। ਮੈਂ ਇੱਥੇ ਥੋੜ੍ਹਾ ਜਿਹਾ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਇੱਕ ਪਲਾਂਟ ਜਿਹੜਾ ਆਪਾਂ ਇੱਕ ਵੱਡਾ ਪਲਾਂਟ ਲਾ ਦਿੰਦੇ ਹਾਂ ਇੱਕ ਪੌਦਾ ਜਿਸ ਤਰ੍ਹਾਂ ਨਿੰਮ ਦਾ ਹੋ ਗਿਆ ਜਾਂ ਹੋਰ ਕੋਈ ਹੋ ਗਿਆ ਦੇਖੋ ਉਹ ਪੂਰੇ ਦਿਨ ਦੇ ਵਿੱਚ 20 ਬੰਦਿਆਂ ਨੂੰ ਜਿੰਨੀ ਆਕਸੀਜਨ ਦੀ ਲੋੜ ਆ ਉਹ ਇੱਕ ਪਲਾਂਟ ਉਨਾ ਆਕਸੀਜਨ ਪੈਦਾ ਕਰ ਦਿੰਦਾ ਅਤੇ ਇਸ ਕਰਕੇ ਆਪਾਂ ਦੇਖੋ ਜਿੰਨਾ ਜੇ ਆਪਾਂ ਇੱਥੇ 350 ਅੱਜ ਪਲਾਂਟ ਲਗਾ ਰਹੇ ਹਾਂ ਤਾਂ ਕਿੰਨਾ ਵਾਤਾਵਰਨ ਸ਼ੁੱਧ ਹੋ ਜਾਏਗਾ। ਆਪਣਾ ਸਾਰਿਆਂ ਦਾ ਹੀ ਉਪਰਾਲਾ ਇਹ ਕਰੀਏ ਆਪਾਂ ਪ੍ਰਣ ਕਰੀਏ ਵਾਤਾਵਰਨ ਨੂੰ ਸ਼ੁੱਧ ਬਚਾਈਏ। ਗੁਰਬਾਣੀ 'ਚ ਵੀ ਗੁਰੂ ਮਹਾਰਾਜ ਨੇ ਸਾਨੂੰ ਸ਼ੁੱਧ ਕਰਨ ਵਾਸਤੇ ਕਿਹਾ ਵਾ ਔਰ ਮਨ ਸ਼ਾਂਤ ਵੀ ਰਹੇਗਾ ਸ਼ੁੱਧ ਵਾਤਾਵਰਨ ਰਹੇਗਾ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਬਿਮਾਰੀਆਂ ਤੋਂ ਵੀ ਅਸੀਂ ਬਚਾਂਗੇ। ਇਹਨਾਂ ਦੇ ਨਾਲ ਨਾਲ ਅਸੀਂ
ਸਾਬਕਾ ਸਰਪੰਚ ਸਰਦਾਰ ਮੁਖਤਿਆਰ ਸਿੰਘ ਜੀ, ਉਹ ਵੀ ਸਾਡੇ ਕੋਲ ਬਹੁਤ ਸਾਨੂੰ ਯੋਗਦਾਨ ਕਰ ਰਹੇ ਆ, ਉਹਨਾਂ ਨੂੰ ਵੀ ਕਹਾਂਗਾ ਪਲੀਜ਼ ਥੋੜ੍ਹਾ ਐਕਸਪਲੇਨ ਕਰਨ। ਸੋ ਜਿਹੜਾ ਕੰਮ ਸਾਡੇ ਨਗਰ ਦੇ ਵਿੱਚ ਅੱਜ ਚੱਲ ਰਿਹਾ ਦਰੱਖਤਾਂ ਦਾ, ਇਹ ਬਹੁਤ ਵਧੀਆ ਪਰਉਪਕਾਰ ਕਰ ਰਿਹਾ। ਔਰ ਸਰਪੰਚ ਸਾਹਿਬ ਦੀ ਸਾਡੀ ਨੀਤੀ ਇਹੋ ਜਿਹੀ ਆ ਕਿ ਚਲੋ ਵੀ ਇਹੋ ਜਿਹੇ ਭਲੇ ਦੇ ਕੰਮ ਹੋਣੇ ਚਾਹੀਦੇ ਆ, ਜਿਹੜੇ ਕਿ ਇਹ ਦਰੱਖਤ ਐਸੀ ਚੀਜ਼ ਆ ਜਿਹੜੇ ਕਿ ਸਾਨੂੰ ਆਕਸੀਜਨ ਦਿੰਦੇ ਹਨ, ਜਿਹੜੇ ਕਿ ਸਾਰੇ ਆਪਾਂ ਸਾਰੇ ਇਹਦੇ ਨਾਲ ਜਿਉਂਦੇ ਹਾਂ, ਹਵਾ ਤੋਂ ਬਗੈਰ ਕੁਛ ਵੀ ਨਹੀਂ ਹੈ। ਪਰ ਮੈਂ ਇੱਕ ਬੇਨਤੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਜ਼ਰੂਰ ਕਰੂੰਗਾ ਕਿ ਆਪਾਂ ਸਾਰੇ ਆਪਾਂ ਜ਼ਮੀਨਾਂ ਵਾਲੇ ਹਾਂ, ਆਪਾਂ ਮਰਲੇ ਦੋ ਮਰਲੇ ਵਿੱਚ, ਚਾਰ ਮਰਲੇ ਵਿੱਚ, ਪੰਜ ਮਰਲੇ ਵਿੱਚ ਵੀ ਆਪਾਂ ਸੰਘਣੇ ਦਰੱਖਤ ਲਗਾ ਦਈਏ ਤਾਂ ਦੇ ਵਾਤਾਵਰਨ ਬਹੁਤ ਸ਼ੁੱਧ ਹੋ ਸਕਦਾ, ਕਿਉਂਕਿ ਇਹਦੇ ਨਾਲ ਹੀ ਜੀਵਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੁਬਾਰਾ ਮੈਂ ਫਿਰ ਨਵਾਂ ਪਿੰਡ ਖਾਲੇਵਾਲ ਦੇ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ। ਉਹ ਇੱਥੇ ਪਹੁੰਚੇ ਆਪਣੇ ਰੁਝੇਵੇਂ ਕੱਢ ਕੇ, ਇਹਨਾਂ ਦੇ ਨਾਲ ਨਾਲ ਮਿੱਤਰਤਾ ਸੁਸਾਇਟੀ ਲੋਹੀਆਂ ਖਾਸ ਔਰ ਪਦਮ ਸ਼੍ਰੀ ਕਾਰ ਸੇਵਾ ਵਾਲੇ ਸੰਤ ਖਡੂਰ ਸਾਹਿਬ ਵਾਲੇ ਰੋਟਰੀ ਕਲੱਬ ਲੋਹੀਆਂ, ਸਾਰਿਆਂ ਦਾ ਬਹੁਤ ਧੰਨਵਾਦ, ਸਾਰੇ ਸੇਵਾਦਾਰਾਂ ਦਾ ਬਹੁਤ ਧੰਨਵਾਦ, ਜਿਨ੍ਹਾਂ ਦਾ ਮੈਂ ਨਾਂ ਕੋਈ ਲੈਣ 'ਚ ਰਹਿ ਵੀ ਗਿਆ ਹਾਂ, ਉਹਨਾਂ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।